ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀਗੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12:20 ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਬੱਸ ਤੋਂ। ਕੌਣ ਕੁੱਟਮਾਰ ਕਰ ਹਾਂਜੀ, ਰਿਹਾ ਸੀ ਮੇਰੇ ਤੁਹਾਨੂੰ? ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਭਰਾ ਜਸਵੀਰ ਉਹ ਸਿੰਘ ਕਿੱਥੇ ਤੇ, ਰਹਿੰਦੇ ਨੇ? ਹਾਂਜੀ, ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ, ਬਹੁਤ ਹੀ ਕੁੱਟਮਾਰ ਕੀਤੀ, ਮੇਰੀ ਜਾਨੋਂ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ। ਜਿਹੜੇ ਰਸਤੇ ਤੇ ਆਉਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ। ਮਰਜ਼ੀ ਨਾਲ ਕੋਰਟ ਮੈਰਿਜ ਕਰਵਾਈ ਸੀਗੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀਗੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12:20 ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਬੱਸ ਤੋਂ। ਕਾਫੀ ਜਣੇ ਲੋਕ ਸੀਗੇ, ਉਹਨਾਂ ਮੇਰੇ ਬਚਾਓ ਕਰਨ ਲਈ ਵਾਰ ਵਾਰ ਕਹੇਗੇ ਕਿ ਨਾ ਮਾਰੋ ਨਾ ਮਾਰੋ, ਪਰ ਉਹਨਾਂ ਦੇ ਕਹਿਣ ਤੇ ਰੁਕੇ ਹੀ ਨਹੀਂ। ਕੌਣ ਕੁੱਟਮਾਰ ਕਰ ਹਾਂਜੀ, ਰਿਹਾ ਸੀ ਮੇਰੇ ਤੁਹਾਨੂੰ? ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਭਰਾ ਜਸਵੀਰ ਉਹ ਸਿੰਘ ਕਿੱਥੇ ਤੇ, ਰਹਿੰਦੇ ਨੇ? ਹਾਂਜੀ, ਉਹ ਪਿੰਡ ਜੱਲੋ ਕਹਿੰਦੇ ਰਹਿਣ ਵਾਲੇ ਆ। ਤੁਸੀਂ ਉੱਥੇ ਕੀ ਕਰਦੇ ਹੋ? ਹਾਂਜੀ, ਮੈਂ ਉੱਥੇ ਜੌਬ ਕਰਨ ਡਿਊਟੀ ਤੇ ਗਈ ਸੀ ਆਪਣੀ। ਡਿਊਟੀ ਤੇ ਗਏ? ਹਾਂਜੀ, ਡਿਊਟੀ ਤੇ ਗਈ ਸੀ। ਕਿਹੜੇ ਡਿਪਾਰਟਮੈਂਟ? ਹਾਂਜੀ, ਮੈਂ ਆਂਗਨਵਾੜੀ ਵਰਕਰ। ਹਾਂਜੀ, ਤੇ ਰਸਤੇ 'ਚ ਕੁੱਟਮਾਰ ਕਰਨੀ? ਹਾਂਜੀ, ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ ਹੈ ਕਿੰਨੀ ਮੇਰੀ। ਕੁੱਟਮਾਰ ਕੀਤੀ ਹਾਂਜੀ, ਹੈ? ਬਹੁਤ ਹੀ ਕੁੱਟਮਾਰ ਕੀਤੀ, ਮੇਰੀ ਜਾਨੋਂ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ। ਜਿਹੜੇ ਰਸਤੇ ਤੇ ਆਉਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ, ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ। ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ, ਉੱਥੋਂ ਘਰੋਂ ਵੀ ਪਹੁੰਚ ਗਏ ਸੀ ਮੈਨੂੰ ਉਹਨਾਂ। ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ, ਆਪਣੇ ਘਰ ਵਾਲੇ ਨੂੰ ਬੁਲਾ, ਉਹ ਤੈਨੂੰ ਇੱਥੋਂ ਆ ਕੇ ਲੈ ਕੇ ਜਾਵੇ, ਜੇ ਨਾ ਲੈ ਕੇ ਗਿਆ ਤੈਨੂੰ ਇੱਥੇ ਵੱਢ ਦਿਆਂਗੇ, ਮਾਰ ਦਿਆਂਗੇ। ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟਮਾਰ ਕੀਤੀ ਆ, ਹੁਣ ਇਹ ਦੁਬਾਰਾ ਫਿਰ ਤੋਂ ਕੀਤੀ ਗਈ ਆ। ਤੇ ਜੇਕਰ ਮੈਂ, ਮੇਰਾ ਮੋਬਾਈਲ ਵਗੈਰਾ ਸਾਰਾ, ਮੇਰੇ ਪ੍ਰੂਫ ਵੀ ਖੋ ਲਿਆ ਸੀ, ਮੇਰੇ ਹਸਬੈਂਡ ਨੇ ਮੈਨੂੰ ਐਕਸਟਰਾ ਫੋਨ ਦਿੱਤਾ ਹੋਇਆ ਸੀ ਜਿਹਦੇ ਕਰਕੇ ਮੈਂ ਬਚਾਵ ਹੋ ਗਿਆ ਮੇਰਾ, ਮੈਂ ਉਹਨਾਂ ਨੂੰ ਫੋਨ ਕੀਤਾ ਸੀ ਤੇ ਮੇਰੀ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ, ਤੇ ਮੈਂ ਅੱਜ ਇੱਥੋਂ ਤੱਕ ਪਹੁੰਚ ਆਈ ਹਾਂ। ਹੁਣ ਦਾਖਲ ਕਰਾਇਆ ਗਿਆ? ਹਾਂਜੀ, ਮੈਨੂੰ ਦਾਖਲ ਕਰਵਾਇਆ ਗਿਆ। ਮੈਨੂੰ ਇਹ ਕੀ ਪ੍ਰੂਫ ਹੈਗਾ ਜਿਹੜੇ ਕੋਰਟ ਮੈਰਿਜ ਕਰਵਾਉਣ? ਹਾਂਜੀ, ਮੇਰੇ ਕੋਲ, ਕਿੱਥੋਂ ਕਰਵਾਈ? ਹਾਂਜੀ, ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀਗੀ ਤੇ ਉਹਨਾਂ ਨੂੰ ਵਾਰ ਵਾਰ ਪੁਲਿਸ ਥਾਣੇ ਵਾਲਿਆਂ ਨੇ ਵੀ ਕਿਹਾ ਸੀਗਾ ਤੁਸੀਂ ਇੱਥੇ ਆ ਕੇ ਦਿਓ, ਪਰ ਹਾਂਜੀ, ਧਮਕੀਆਂ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੱਢ ਦਿਆਂਗੇ, ਮਾਰ ਦਿਆਂਗੇ, ਤੁਸੀਂ ਇੱਥੇ ਆ ਕੇ ਵੜੋ, ਮੈਸੇਜ ਕਰਦੇ ਸੀ, ਫੋਨ ਕਰਦੇ ਸੀ। ਪਰ ਅਸੀਂ ਇਸ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ, ਪਰ ਉਹ ਇੱਥੇ ਥਾਣੇ ਤੱਕ ਨਹੀਂ ਆਉਂਦੇ ਸੀ। ਨੋਟਿਸ ਵੀ ਇੱਕ ਗਿਆ ਸੀ, ਉਹਨਾਂ ਨੋਟਿਸ ਪਾੜ ਕੇ ਸਿੱਟ ਦਿੱਤਾ ਸੀਗਾ। ਸਾਡੀ ਇਹੀ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪ ਲਈ ਸਟਾਫ ਦੀ ਜ਼ਰੂਰਤ ਹੈ, ਮੇਰੀ ਹੈਲਪ ਕੀਤੀ ਜਾਵੇ, ਤੇ ਦੂਸਰਾ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀਏ ਤੇ ਮੇਰੇ ਹਸਬੈਂਡ। ਤੂੰ ਆਪਣੀ ਮਰਜ਼ੀ ਨਾਲ ਜਿਹੜੀ ਇਹ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਕੁੱਟਮਾਰ ਕੀਤੀ ਹੈ? ਹਾਂਜੀ, ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹਨਾਂ ਦੇ ਖਿਲਾਫ ਸੀ ਕਹਿੰਦੇ ਅਸੀਂ ਨਹੀਂ। ਖਿਲਾਫ ਚੱਲਦੇ ਸੀ? ਹਾਂਜੀ, ਖਿਲਾਫ ਚੱਲਦੇ ਸੀ। ਹੁਣ ਮੰਗ ਇਹਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਹਾਂਜੀ, ਮੰਗ ਹੈ ਮੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਵੀ ਮੇਰਾ ਸਮਾਨ ਪ੍ਰੂਫ ਵਗੈਰਾ ਸਾਰੇ ਮੈਨੂੰ ਵਾਪਸ ਦਿੱਤੇ ਜਾਣ, ਮੇਰਾ ਮੋਬਾਈਲ ਸਾਰਾ ਕੁਝ, ਸਾਰਾ ਉਹਨਾਂ ਖੋ ਲਿਆ ਸੀ, ਉਹ ਵਾਪਸ ਦਿੱਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਇਹ ਤਾਂ ਇੱਕ ਲੜਕੀ ਕਸ਼ਮੀਰ ਕੌਰ, ਹਾਂਜੀ, ਇਹ ਪੱਲੀਆਂ ਖੁਰਦ ਉੱਥੇ ਮੁੰਡੇ ਦੇ ਨਾਲ ਇਹਨੇ ਲਵ ਮੈਰਿਜ ਕਰਵਾਈ ਆ, ਰਾਹੋਂ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਆ, ਤੇ ਇਹਦਾ ਆਪਣੇ ਪਿੰਡ ਹੀ ਆਂਗਣਵਾੜੀ ਵਰਕਰ ਸੀਗੀ ਜਦੋਂ ਇੱਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ। ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ, ਇਹਦੇ ਪਿਓ ਬਗੀਚਾ ਸਿੰਘ, ਭਰਾ ਜਿਹੜਾ ਸੀਗਾ ਇਹਦਾ ਬਲਜਿੰਦਰ ਸਿੰਘ, ਤੇ ਦੂਸਰੇ ਦੋ ਭਰਾ ਆ, ਇੱਕ ਮਾਤਾ ਆ ਇਹਦੀ ਮਾਂ ਨਾਲ ਹੈ,
ਤੇ ਇਹਨਾਂ ਨੇ ਰਲ ਕੇ ਇਹਦੇ ਨਾਲ ਕੁੱਟਮਾਰ ਕੀਤੀ ਹੈ। ਵਜ੍ਹਾ ਰੰਜਿਸ਼ ਸੀਗੀ ਵੀ ਉਹ ਆਪਦੀ ਮਰਜ਼ੀ ਨਾਲ ਵਿਆਹ ਕਰਵਾਇਆ। ਕੋਰਟ ਮੈਰਿਜ ਇਹਨੇ ਕਰਾਈ ਸੀ? ਹਾਂ, ਕੋਰਟ ਮੈਰਿਜ ਕਰਵਾਈ ਹੈ ਕਰੀਬ 3 ਮਹੀਨੇ ਪਹਿਲਾਂ। ਹਾਂਜੀ, ਇਹਨੂੰ ਚੰਗਾ ਨਹੀਂ ਸੀ ਦੇਖੀ? ਹਾਂ, ਉਹੀ ਹੈ ਵੀ ਉਹ ਪਰਿਵਾਰਕ ਹੈ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਹੈ, ਨੌਕਰੀ ਕਰਦੀ ਹੈ, ਤੇ ਵੀ ਸਾਡੀ ਮਰਜ਼ੀ ਦੇ ਤੋਂ ਬਗੈਰ ਇਹਨੇ ਵਿਆਹ ਕਰਵਾਇਆ। ਹੁਣ ਅਗਲੀ ਕਾਰਵਾਈ ਕੀਤੀ? ਹਾਂ, ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਹੈ, ਕੋਈ ਐਕਸਟਰਾ ਕੋਈ ਇਹਨਾਂ ਨੇ ਕੋਈ ਉਹ ਨਹੀਂ ਹੈ, ਹੱਥਾਂ ਨਾਲ ਹੀ ਕੁੱਟਮਾਰ ਕੀਤੀ ਹੈ। ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬਣਦੀ ਕਾਰਵਾਈ ਕਰਨੀ।